ਜੀ ਹਾਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬॉयਫ੍ਰੈਂਡ ਨੇ ਆਪਣੇ ਹੀ ਗਰਲਫ੍ਰੈਂਡ ਦੇ ਅਸ਼ਲੀਲ ਪੋਸਟਰ ਗਰਲਫ੍ਰੈਂਡ ਦੇ ਘਰ ਦੇ ਬਾਹਰ ਹੀ ਲਗਵਾ ਦਿੱਤੇ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕੁਝ ਸਾਲ ਪਹਿਲਾਂ ਦੋਵੇਂ ਇੱਕ ਲੈਬੋਰੀਟਰੀ ਦੇ ਵਿੱਚ ਕੰਮ ਕਰਦੇ ਸੀ ਪਰ ਜਦੋਂ ਉਸ ਲੈਬੋਰੀਟਰੀ ਦੇ ਵਿੱਚੋਂ हट ਗਈ ਉਹ ਕੁੜੀ ਕਿਸੇ ਹੋਰ ਥਾਂ ਤੇ ਜਾ ਕੇ ਡਿਊਟੀ ਕਰਨ ਲੱਗੀ ਤਾਂ ਕਿਹਾ ਜਾ ਰਿਹਾ ਹੈ ਜੋ ਲੜਕਾ ਸੀ ਉਹ ਮਲੇਸ਼ੀਆ ਚਲਾ ਗਿਆ ਹਾਲਾਂਕਿ ਮਲੇਸ਼ੀਆ ਜਾ ਕੇ ਉਸਨੇ ਪਹਿਲਾਂ ਆਪਣਾ ਵਿਆਹ ਕਰਵਾਇਆ ਤੇ ਕੁਝ ਸਮੇਂ ਬਾਅਦ ਉਹ ਮੁੜ ਤੋਂ ਆਪਣੀ ਗਰਲਫ੍ਰੈਂਡ ਨੂੰ ਫੋਨ ਕਰਨ ਲੱਗਿਆ। ਉਸ ਨੂੰ ਇੱਕ ਵਾਰ ਫਿਰ ਤੋਂ ਵਿਆਹ ਕਰਾਉਣ ਦੇ ਲਈ ਕਿਹਾ। ਜਦੋਂ ਕਿਹਾ ਜਾ ਰਿਹਾ ਹੈ ਕਿ ਗਰਲਫ੍ਰੈਂਡ ਨੇ ਵਿਆਹ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਤਾਂ ਗੁੱਸੇ ਦੇ ਵਿੱਚ ਆਏ ਬॉयਫ੍ਰੈਂਡ ਨੇ ਆਪਣੇ ਕਿਸੇ ਦੋਸਤ ਦੇ ਨਾਲ ਸੰਪਰਕ ਕੀਤਾ ਤੇ ਆਪਣੀ ਗਰਲਫ੍ਰੈਂਡ ਦੀ ਅਸ਼ਲੀਲ ਤਸਵੀਰਾਂ ਉਸ ਨੂੰ ਭੇਜੀਆਂ ਉਸ ਦੋਸਤ ਨੇ। ਅੱਗੇ ਉਸ ਦੇ ਫਿਕਸ ਬਣਾ ਕੇ ਗਰਲਫ੍ਰੈਂਡ ਦੇ ਘਰ ਦੇ ਬਾਹਰ ਲਗਾ ਦਿੱਤੇ ਤੇ ਜਦੋਂ ਗਰਲਫ੍ਰੈਂਡ ਨੇ ਇਹ ਦੇਖਿਆ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਹੁਣ ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਆ ਹੁਣ ਪੁਲਿਸ ਨੇ ਜੋ ਬாய்ਫ੍ਰੈਂਡ ਸੀ ਉਸ ਦੇ ਦੋਸਤ ਨੂੰ ਜਿਸ ਨੇ ਇਹ ਘਟਿਆ ਕੰਮ ਕੀਤਾ ਸੀ ਫਿਕਸ ਲਗਾਉਣ ਦਾ ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ